ਜੇਕਰ ਸਕੂਲ ਦੇ ਪ੍ਰਬੰਧਕ ਹੀ ਸਕੂਲ ਦੇ ਵਿੱਚ ਅਸ਼ਲੀਲ ਹਰਕਤਾਂ ਕਰਨਗੇ ਤਾਂ ਫਿਰ ਬੱਚਿਆਂ ਦੇ ਭਵਿੱਖ 'ਤੇ ਕਿਵੇਂ ਦਾ ਅਸਰ ਪਵੇਗਾ ਤੁਸੀਂ ਖੁਦ ਹੀ ਸੋਚ ਸਕਦੇ ਹੋ। ਤਸਵੀਰਾਂ ਸਕਰੀਨ 'ਤੇ ਦੇਖ ਰਹੇ ਹੋ ਕਿ ਸਕੂਲ ਪ੍ਰਬੰਧਕ ਦਾ ਮਹਿਲਾ ਅਧਿਆਪਕ ਦੇ ਨਾਲ ਅਸ਼ਲੀਲ ਇਸ਼ਾਰੇ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਵਿੱਚ ਅਧਿਆਪਕਾ ਮੈਨੇਜਰ ਤੋਂ ਅੱਧੇ ਘੰਟੇ ਲਈ ਛੁੱਟੀ ਮੰਗਦੀ ਨਜ਼ਰ ਆ ਰਹੀ ਹੈ। ਇਸ ਗੱਲ ਨੂੰ ਲੈ ਕੇ ਮੈਨੇਜਰ ਉਸ ਨੂੰ ਇੱਕ ਸ਼ਰਤ ਮੰਨਣ ਲਈ ਕਹਿ ਕੇ ਅਸ਼ਲੀਲ ਇਸ਼ਾਰੇ ਕਰਦਾ ਨਜ਼ਰ ਆ ਰਿਹਾ। ਹਾਲਾਂਕਿ ਮੈਨੇਜਰ ਨੇ ਵਾਇਰਲ ਵੀਡੀਓ ਨੂੰ ਝੂਠਾ ਕਰਾਰ ਦਿੰਦਿਆਂ ਇਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਵਾਇਰਲ ਹੋਈ ਵੀਡੀਓ ਦੇ ਵਿੱਚ ਪੂਰਨ ਨਗਰ ਸਥਿਤ ਇੱਕ ਇੰਟਰ ਕਾਲਜ ਦਾ ਮੈਨੇਜਰ ਇੱਕ ਅਧਿਆਪਕ ਨੂੰ ਅਸ਼ਲੀਲ ਇਸ਼ਾਰਾ ਕਰਦਾ ਕਹਿ ਰਿਹਾ ਕਿਉਂਕਿ ਮੈਡਮ ਉਸ ਤੋਂ ਅੱਧੀ ਛੁੱਟੀ ਮੰਗਣ ਆਈ ਅਤੇ ਸ਼ਰਤ ਮੰਨਣ ਦਾ ਅਸ਼ਲੀਲ ਇਸ਼ਾਰਾ ਕਰਕੇ ਉਪਰੋਂ ਹੱਸ ਪੈਂਦਾ। ਇਸ ਦੇ ਨਾਲ ਹੀ ਅਧਿਆਪਕਾ ਇਹ ਕਹਿ ਰਹੀ ਹੈ ਕਿ ਕਿਹੜੀ ਸ਼ਰਤ ਮੰਨਣੀ ਹੈ ਸਰ, ਤਾਂ ਇਸ ਦੇ ਮੈਨੇਜਰ ਆਪਣੀ ਗੱਲ ਦੇ ਉੱਤੇ ਉਂਗਲ ਰੱਖ ਕੇ ਕਿਸ ਕਰਨ ਦਾ ਇਸ਼ਾਰਾ ਕਰਦਾ ਨਜ਼ਰ ਆ ਰਿਹਾ। ਆਓ ਨਜ਼ਰ ਮਾਰਦੇ ਹਾਂ ਇਸ ਵੀਡੀਓ 'ਤੇ। अगर तुमको रहना है कैसे मैनेजर रहना है तो मिल सकती। सर कौन सी सर? नहीं सर, ये हम नहीं मानेंगे, ये तो गंदी बात है सर, ये सब हम नहीं करते हैं। ਇਹ ਵੀਡੀਓ ਟਵਿੱਟਰ ਹੈਂਡਲ ਤੇ ਐਕਸ ਪੋਸਟ ਦੇ ਉੱਤੇ ਵਾਣੀ ਮਹਿੋਤਰਾ ਨਾਮ ਦੇ ਇੱਕ ਅਕਾਊਂਟੈਂਟ ਨੇ ਸਾਂਝਾ ਕੀਤਾ। ਵਾਇਰਲ ਵੀਡੀਓ ਤੇ ਮੈਨੇਜਰ ਨੇ ਆਪਣੇ ਸਪਸ਼ਟੀਕਰਨ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਹੋਰ ਵੀਡੀਓ ਵੀ ਵਾਇਰਲ ਕਰ ਦਿੱਤੀ ਸੀ ਜਿਸ 'ਚ ਉਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਪਾਕ ਸਾਫ਼ ਹੈ। ਉਸ ਨੂੰ ਇੱਕ ਸਾਜ਼ਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ। ਬਾਕੀ ਇਸ ਵੀਡੀਓ ਦੇ ਉੱਤੇ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ। ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ।